ਜੀ ਨਮਸਕਾਰ ਦੋਸਤੋ, ਆਰ ਬੀ ਲਾਈਵ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਤੇ ਮੈਂ ਹਾਂ ਤੁਹਾਡਾ ਆਪਣਾ ਰੁਪੇਸ਼ ਬੰਸਲ। ਅੱਜ ਅਸੀਂ ਪਹੁੰਚੇ ਹੋਏ ਹਾਂ ਟੈਗੋਰ ਮਾਡਰਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ, ਜਿੱਥੇ ਅੱਜ ਐਨੂਅਲ ਫੰਕਸ਼ਨ ਇੱਥੇ ਆਯੋਜਿਤ ਕੀਤਾ ਜਾ ਰਿਹਾ ਅਤੇ ਬੱਚਿਆਂ ਵੱਲੋਂ ਜਿਹੜਾ ਬੜਾ ਵਧੀਆ ਅਤੇ ਕਾਰਜਕ੍ਰਮ ਆਯੋਜਿਤ ਕੀਤਾ ਗਿਆ। ਇਸ ਕਾਰਜਕ੍ਰਮ ਦੇ ਵਿੱਚ DSP ਅਤੁਲ ਸੋਨੀ ਦੇ ਨਾਲ ਨਾਲ ਹੋਰ ਵੀ ਜਿਹੜੇ ਸਮਾਜ ਸੇਵੀ ਲੋਕ ਇੱਥੇ ਪਹੁੰਚੇ ਹੋਏ ਨੇ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਹਰੀਸ਼ ਨੱਡਾ ਵੀ ਇੱਥੇ ਪਹੁੰਚੇ ਹੋਏ ਨੇ ਅਤੇ ਇਸ ਦੇ ਨਾਲ ਹੀ ਹੋਰ ਵੀ ਜਿਹੜੇ ਪਤਵੰਤੇ ਸੱਜਣ ਇਸ ਪ੍ਰੋਗਰਾਮ ਦੇ ਵਿੱਚ ਭਾਗ ਲੈ ਰਹੇ ਆ। ਤਾਂ ਆਓ ਅੰਦਰ ਚੱਲਦੇ ਹਾਂ ਅਤੇ ਦੇਖਦੇ ਹਾਂ ਕਿ ਕਾਰਜਕ੍ਰਮ ਕਿਸ ਤਰ੍ਹਾਂ ਦਾ ਹੈ। ਸਾਡੇ ਨਾਲ ਸੰਦੀਪ ਮਾਰਸ਼ਲ ਜੀ ਮੌਜੂਦ ਨੇ। ਮਾਰਸ਼ਲ ਜੀ, ਕੀ ਕਹੋਗੇ, ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਔਰ ਕਿਵੇਂ ਤਿਆਰੀ ਕੀਤੀ ਗਈ ਇਸ ਪ੍ਰੋਗਰਾਮ ਦੀ ਔਰ ਕੀ ਇਹਦੇ ਵਿੱਚ ਦਿਖਾਇਆ ਜਾ ਰਿਹਾ? ਪਹਿਲਾਂ ਤਾਂ ਬੰਸਲ ਸਾਹਿਬ, ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵੀ ਤੁਸੀਂ ਅੱਜ ਪਿੰਡ 'ਚ ਆਏ ਹੋ ਟੈਗੋਰ ਮਾਡਰਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜਿਹਦੇ ਵਿੱਚ ਮੇਰੇ ਵਾਈਫ ਕਵਿਤਾ ਬੰਸਲ ਜੀ ਪ੍ਰਿੰਸੀਪਲ ਹਨ। ਅਤੇ ਇਹ ਬਹੁਤ ਵਧੀਆ ਇੱਕ ਪ੍ਰੋਗਰਾਮ ਜਿਹਦੇ ਵਿੱਚ ਖਾਸ ਕਰਕੇ ਥੀਮ ਇਹ ਰੱਖਿਆ ਹੈ ਕਿ ਬੱਚਿਆਂ ਦਾ ਇੱਕ ਡ੍ਰੀਮ ਹੁੰਦਾ ਕਿ ਅਸੀਂ ਜ਼ਿੰਦਗੀ 'ਚ ਕਾਮਯਾਬ ਹੋਈਏ, ਉਸ ਉਡਾਨ ਨੂੰ ਹਾਸਿਲ ਕਰੀਏ ਜਿਹੜੀ ਸਾਨੂੰ ਸਫਲਤਾ ਵੱਲ ਲੈ ਕੇ ਜਾਵੇ, ਮੰਜ਼ਿਲ ਤੱਕ ਲੈ ਕੇ ਜਾਵੇ ਜੀ। ਅਤੇ ਸਾਰੇ ਮਾਂ ਬਾਪ ਔਰ ਟੀਚਰ ਇਹੀ ਚਾਹੁੰਦੇ ਕਿ ਬੱਚੇ ਕਾਮਯਾਬ ਹੋਣ, ਇਸ ਥੀਮ ਦੇ ਨਾਲ ਇਹ ਪ੍ਰੋਗਰਾਮ ਰੱਖਿਆ ਗਿਆ। ਦੂਸਰਾ, ਇੱਕ ਇਹਦੇ 'ਚ ਦਿਖਾਇਆ ਗਿਆ ਕਿ ਜਿਹੜਾ ਨਸ਼ਾ ਜਿਹੜਾ ਹੈ ਜਾਂ ਸਾਡਾ ਸੰਸਕਾਰ ਸਾਡੇ ਮਾਂ ਬਾਪ ਦੇ ਪ੍ਰਤੀ ਸਾਡੀ ਕਰਤੱਵ ਕਿਹੜੇ ਕਿਹੜੇ ਹੈ, ਇਸ ਪ੍ਰੋਗਰਾਮ ਦੇ ਰਾਹੀਂ ਦੱਸਿਆ ਕਿ ਅਸੀਂ ਇਹਦੇ ਮਾਂ ਬਾਪ ਦੀ ਸੇਵਾ ਕਰੀਏ ਔਰ ਸਮਾਜ ਦੇ ਅੰਦਰ ਆਪਾਂ ਜੋ ਦੇਖ ਰਹੇ ਹਾਂ ਨਸ਼ਾ ਹੈ, ਉਹਦੇ ਖਿਲਾਫ਼ ਵੀ ਕਈ ਪ੍ਰੋਗਰਾਮ ਇਹਦੇ 'ਚ ਰੱਖੇ ਗਏ ਹੈ। ਅਤੇ ਬੜਾ ਅੱਛਾ ਪ੍ਰੋਗਰਾਮ ਹੈ ਜੀ, ਇਹਦੇ 'ਚ ਮਾਂ ਬਾਪ ਦਾ ਬੱਚਿਆਂ ਦਾ ਬੜਾ ਸਹਿਯੋਗ ਹੈ ਜਿਹਨਾਂ ਨੇ ਇਹ ਪ੍ਰੋਗਰਾਮ ਸਫਲ ਕੀਤਾ ਹੈ ਜੀ। ਤਾਂ ਬਿਲਕੁਲ, ਸੁਦੀਪ ਮਾਰਸ਼ਲ ਸਾਡੇ ਨਾਲ ਮੌਜੂਦ ਸੀ। ਹਾਂਜੀ ਭਾਈ ਸਾਹਿਬ, ਤੁਹਾਡਾ ਕੀ ਨਾਂ ਹੈ ਜੀ? ਜੀ, ਮੇਰਾ ਨਾਂ ਬਲਜਿੰਦਰ ਸਿੰਘ ਹੈ ਜੀ, ਮੈਂ ਜ਼ਿਲ੍ਹਾ ਪ੍ਰੈਜ਼ੀਡੈਂਟ ਫਰੀਡਮ ਫਾਈਟਰ ਦਾ ਪ੍ਰਧਾਨ ਹਾਂ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ ਸਕੂਲ ਦੇ ਵਿੱਚ, ਕਿਸ ਤਰ੍ਹਾਂ ਦਾ ਪ੍ਰੋਗਰਾਮ ਲੱਗਿਆ ਔਰ ਕੀ ਇੱਥੇ ਆਰਗੇਨਾਈਜ਼ ਕੀਤਾ ਗਿਆ ਬੱਚਿਆਂ? ਸਾਨੂੰ ਸਰ ਇਸ ਤਰ੍ਹਾਂ ਹੈਗਾ ਜੀ, ਅਸੀਂ ਪਹਿਲੀ ਵਾਰ ਸਾਰਾ ਸਾਨੂੰ ਬੁਲਾਇਆ ਗਿਆ ਸੀ ਜੀ, ਅਤੇ ਜਿਹਦੇ ਕਾਰਨ ਸਾਨੂੰ ਬਹੁਤ ਹੀ ਵਧੀਆ ਸਰ ਇਹਨਾਂ ਦਾ ਮੋਟੀਵੇਟ ਮਿਲਿਆ ਜੀ, ਜਿਹਦੇ ਕਾਰਨ ਸਾਨੂੰ ਮਤਲਬ ਸੋਨੀ ਜੀ ਜੋ ਕਿ ਇਹਨਾਂ ਦੀਆਂ ਸਾਨੂੰ ਗੱਲਾਂ ਤੋਂ ਇੰਨਾ ਚੰਗਾ ਲੱਗਾ ਜੀ, ਨਸ਼ੇ ਬਾਰੇ ਜੋ ਸਾਡੇ ਬੱਚਿਆਂ ਨੇ ਇੱਕ ਇੰਨਾ ਵਧੀਆ ਕ੍ਰੈਡੀਬਿਲਟ ਕਰ ਕੀਤਾ ਜੀ, ਬਹੁਤ ਵਧੀਆ, ਤੇ ਸਾਨੂੰ ਇਸ ਉੱਤੇ ਕੁਝ ਨਹੀਂ ਮਿਲਦਾ, ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ। ਤੁਹਾਡੇ ਬੱਚੇ ਵੀ ਸਕੂਲ 'ਚ ਪੜ੍ਹਦੇ? ਬਿਲਕੁਲ ਜੀ, ਮੇਰੇ ਬੱਚੇ ਪੜ੍ਹ ਰਹੇ। ਕਿਹੜੀ ਕਲਾਸ 'ਚ ਪੜ੍ਹਦੇ? ਇੱਥੇ ਜੀ ਆਪਣੇ 5 ਕਲਾਸ 'ਚ ਪੜ੍ਹ ਰਹੇ ਜੀ। ਕੋਈ ਭਾਗ ਲਿਆ ਉਹਨਾਂ ਨੇ ਵੀ ਕਿਸੇ? ਹਾਂਜੀ ਲਿਆ ਸੀ, ਭੰਗੜੇ 'ਚ ਲਿਆ ਜੀ। ਭੰਗੜੇ ਲਿਆ? ਹਾਂਜੀ ਹਾਂਜੀ ਹਾਂਜੀ। ਹੋ ਗਈ ਆਈਟਮ? ਹਾਂਜੀ ਆਈਟਮ ਹੋ ਗਈ ਉਹਨਾਂ ਦੀ, ਬਹੁਤ ਵਧੀਆ ਹੋਈ ਜੀ। ਅਸੀਂ ਸਾਡੇ ਪਿੰਡ ਦੇ ਵਿੱਚੋਂ ਉਜਣ ਸਾਡਾ ਪਿੰਡ ਹੈਗਾ ਜੀ, ਸਾਡੇ ਵਾਧੂ ਬੱਚੇ ਆਏ ਜੀ, ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ। ਤਾਂ ਬਿਲਕੁਲ ਜੀ, ਇਹਨਾਂ ਦੇ ਬੱਚਿਆਂ ਵੱਲੋਂ ਵੀ ਜਿਹੜਾ ਪਾਰਟਿਸਪੇਟ ਕੀਤਾ ਗਿਆ ਭੰਗੜੇ ਦੇ ਵਿੱਚ, ਜਿਹੜਾ ਭਾਗ ਲਿੱਤਾ ਗਿਆ, ਤਾਂ ਬਹੁਤ ਵਧੀਆ ਪ੍ਰੋਗਰਾਮ ਹੈ।
ਕਿਹਾ ਗਿਆ ਕਿ ਪੂਰੀ ਤਿਆਰੀ ਕਰਵਾਈ ਗਈ ਤਾਂ ਜਿਹੜਾ ਪ੍ਰੋਗਰਾਮ ਸੀਗਾ ਜਿਹੜਾ ਆਪਣਾ ਟੈਗੋਰ ਸਕੂਲ ਦੇ ਵਿੱਚ ਤੇ ਬਹੁਤ ਹੀ ਵਧੀਆ ਉਪਰਾਲਾ ਸੀਗਾ ਬੱਚਿਆਂ ਦੇ ਮੋਟੀਵੇਸ਼ਨ ਕਰਨ ਦਾ ਤੇ ਸਾਰੇ ਬੱਚਿਆਂ ਨੂੰ ਸਟੇਜ ਤੇ ਲੈ ਕੇ ਆਉਣ ਦਾ ਇੱਕ ਬੱਚਿਆਂ ਦੇ ਵਿੱਚ ਮੋਟੀਵੇਸ਼ਨ ਆਉਂਦੀ ਵੀ ਜੇ ਅਸੀਂ ਉੱਪਰ ਸਟੇਜ ਤੇ ਚੜ੍ਹਿਆ ਤੇ ਅਸੀਂ ਉਹਨੂੰ ਫਿਰ ਅੱਗੇ ਤੱਕ ਲੈ ਕੇ ਚੱਲੀਏ ਸੋ ਸਾਰੇ ਟੀਚਰਾਂ ਦਾ ਸਾਰੇ ਪੇਰੈਂਟਸ ਦਾ ਬਹੁਤ ਇੱਥੇ ਆਉਣ ਦੇ ਅਸੀਂ ਮੈਨੂੰ ਆਪ ਬਹੁਤ ਵਧੀਆ ਲੱਗਿਆ ਕਿ ਹਾਂ ਵੀ ਇੱਥੇ ਬੱਚੇ ਜਿਹੜੇ ਹੈਗੇ ਇੰਨੇ ਵਧੀਆ ਪੜ੍ਹ ਰਹੇ ਸਪੋਰਟਸ ਦੇ ਵਿੱਚ ਬੜਾ ਅੱਛਾ ਲੈ ਰਹੇ ਤੇ ਮੇਨ ਜਿਹੜਾ ਸੀਗਾ ਅਸੀਂ ਸਕੂਲ ਵਾਲਿਆਂ ਨੇ ਜਿਹੜਾ ਡਰੱਗਸ ਦੇ ਉੱਪਰ ਦਿਖਾਇਆ ਗਿਆ ਬੈਸਟ ਉਹ ਚੀਜ਼ ਲੱਗੀ ਵੀ ਬੱਚਿਆਂ ਨੂੰ ਅਵੇਅਰਨੈਸ ਹੁੰਦੀ ਵੀ ਹਾਂ ਵੀ ਅਸੀਂ ਕਿਹੜੀ ਚੀਜ਼ ਲੈਣੀ ਤੇ ਕਿਹੜੀ ਚੀਜ਼ ਨਹੀਂ ਲੈਣੀ ਨਸ਼ਿਆਂ ਦੇ ਖਿਲਾਫ਼ ਤੁਹਾਡੇ ਵੱਲੋਂ ਮੁਹਿੰਮ ਚਲਾਈ ਗਈ ਹੈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਬੱਚਿਆਂ ਨੂੰ ਅੱਜ ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਵੱਲੋਂ ਵੀ ਜਿਹੜਾ ਨਸ਼ਿਆਂ ਦੇ ਖਿਲਾਫ਼ ਜਿਹੜੇ ਬੜੀਆਂ ਆਈਟਮਾਂ ਜਿਹੜੀਆਂ ਕਰੈਕਟ ਕੀਤੀਆਂ ਜਾਣੀਆਂ ਤੇ ਕੀਤੀਆਂ ਵੀ ਗਈਆਂ ਇਹਨੂੰ ਲੈ ਕੇ ਕੀ ਕਹੋਗੇ ਕਿਸ ਤਰ੍ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਜਿੰਨਾ ਅਸੀਂ ਕਰਨਾ ਚਾਹੁੰਦੇ ਹਾਂ ਉਸ ਤੋਂ ਵੀ ਜੇ ਜ਼ਿਆਦਾ ਅਗਰ ਇੱਥੇ ਮੈਂ ਆ ਕੇ ਮੈਨੂੰ ਖੁਸ਼ੀ ਹੋਈ ਵੀ ਮੋਟੀਵੇਸ਼ਨ ਹੋਏ ਹੋਏ ਬੱਚੇ ਜਿਹੜਾ ਅਸੀਂ ਪੰਜਾਬ ਪੁਲਿਸ ਨੇ ਗਾਣਾ ਵੀ ਕੀਤਾ ਸੀਗਾ ਮਾਰਸ਼ਲ ਜੀ ਦੀ ਹੈਲਪ ਦੇ ਨਾਲ ਜੋ ਸਾਰਾ ਇਹਨਾਂ ਨੇ ਔਰਗਨਾਈਜ਼ ਕਰਾਇਆ ਸੀਗਾ ਤੇ ਬੜਾ ਵਧੀਆ ਉਹਦਾ ਵੀ ਉਪਰਾਲਾ ਮਿਲਿਆ ਗਿਆ ਸਾਰੇ ਬੱਚੇ ਜਿਹੜੇ ਹੈਗੇ ਇਸ ਪਾਸੇ ਜਾਣਾ ਚਾਹੁੰਦੇ ਹੈਗੇ ਵੀ ਅਸੀਂ ਜਿਹੜਾ ਨਸ਼ਾ ਛੱਡੀਏ ਜਿਹੜੇ ਸਾਡੇ ਨਾਲ ਦੇ ਕਰ ਰਹੇ ਤੇ ਉਹਨਾਂ ਨੂੰ ਵੀ ਚੜਾਈਏ ਜੀ ਅੱਜ 23 ਦਸੰਬਰ ਨੂੰ ਟੈਗੋਰ ਮਾਡਰਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਭੁੰਨ ਵਿੱਚ ਜਸ਼ਨ ਏ ਉਡਾਨ ਐਨੂਅਲ ਫੰਕਸ਼ਨ ਸੈਲੀਬ੍ਰੇਟ ਕੀਤਾ ਗਿਆ ਇਸ ਦੇ ਵਿੱਚ ਬੱਚਿਆਂ ਨੇ ਵੱਖਰੀਆਂ ਸਾਰੀਆਂ ਆਪਣੇ ਆਈਟਮਸ ਪੇਸ਼ ਕੀਤੀਆਂ ਛੋਟੇ ਬੱਚਿਆਂ ਨੇ ਬੜਾ ਹੀ ਵਧੀਆ ਪ੍ਰੋਗਰਾਮ ਪੇਸ਼ ਕੀਤਾ ਇਹਦੇ ਵਿੱਚ ਦੇਸ਼ ਭਗਤੀ ਕਲਚਰ ਅਲੱਗ ਅਲੱਗ ਤਰ੍ਹਾਂ ਦੇ ਸਟੇਟ ਦਾ ਕਾਰਜਕ੍ਰਮ ਪੇਸ਼ ਕੀਤਾ ਗਿਆ ਬੱਚਿਆਂ ਦੀ ਜਿਹੜੀ ਕੋਰੀਓਗ੍ਰਾਫੀ ਸੀ ਨਸ਼ੇ ਨੂੰ ਲੈ ਕੇ ਆਰਮੀ ਨੂੰ ਲੈ ਕੇ ਤੇ ਬੱਚਿਆਂ ਦਾ ਭੰਗੜਾ ਉਹ ਬੜਾ ਹੀ ਆਕਰਸ਼ਣ ਦਾ ਕੇਂਦਰ ਰਿਹਾ ਹੈ ਕਿਸ ਤਰ੍ਹਾਂ ਦੇ ਨਾਲ ਦੀ ਤਿਆਰੀ ਕੀਤੀ ਜੀ ਬੜਾ ਵਧੀਆ ਫੰਕਸ਼ਨ ਸੀਗਾ ਤੁਹਾਡਾ ਬੱਚਿਆਂ ਨੇ ਬੜੀ ਮਿਹਨਤ ਕੀਤੀ ਨਾਲੇ ਇਹਨਾਂ ਦਾ ਇਹਨਾਂ ਦੇ ਨਾਲ ਨਾਲ ਬੜਾ ਟੀਚਰਸ ਦਾ ਵੀ ਪੂਰਾ ਸਹਿਯੋਗ ਹੈ ਸਾਡੇ ਟੀਚਰਸ ਦੇ ਸਹਿਯੋਗ ਨਾਲ ਹੀ ਅਸੀਂ ਸਾਰਾ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਉਹਨਾਂ ਨੇ ਬੜੀ ਮਿਹਨਤ ਕੀਤੀ ਨਾਲੇ ਬੱਚਿਆਂ ਦਾ ਪੇਰੈਂਟਸ ਦਾ ਬੜਾ ਯੋਗਦਾਨ ਰਿਹਾ ਕਿੰਨੇ ਬੱਚੇ ਭਾਗ ਲੈ ਰਹੇ ਆ ਜੀ ਇਸ ਕਾਰਜਕ੍ਰਮ ਦੇ ਵਿੱਚ ਮੈਕਸਿਮਮ ਜਿੰਨੇ ਵੀ ਸਕੂਲ 'ਚ ਬੱਚੇ ਨੇ 100% ਬੱਚਿਆਂ ਨੇ ਪਾਰਟਿਸਪੇਟ ਕੀਤਾ ਹੈ ਨਰਸਰੀ ਤੋਂ ਲੈ ਕੇ 12th ਤੱਕ ਜਿੰਨੇ ਵੀ ਬੱਚੇ ਨੇ ਹਰ ਇੱਕ ਨੇ ਆਪਣੀ ਆਪਣੀ ਪਰਫਾਰਮੈਂਸ ਦਿੱਤੀ ਹੈ ਫਿਊਚਰ ਵਾਸਤੇ ਪੇਰੈਂਟਸ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਮੰਨ ਲਓ ਜਿਹੜਾ ਇਹ ਛੋਟੇ ਜਿਹੇ ਇਲਾਕੇ 'ਚ ਅਸੀਂ ਇੱਕ ਸਕੂਲ ਖੋਲ੍ਹਿਆ ਜਿਹਦੇ 'ਚ ਅਸੀਂ ਬੱਚਿਆਂ ਦੀ ਆਲਰਾਊਂਡ ਡਿਵੈਲਪਮੈਂਟ ਬਾਰੇ ਕੋਸ਼ਿਸ਼ ਕਰ ਰਹੇ ਹਾਂ ਉਹ ਆਪਣੇ ਬੱਚਿਆਂ ਨੂੰ ਇੱਥੇ ਐਡਮਿਸ਼ਨ ਕਰਾਉਣ ਤਾਂ ਕਿ ਸਾਡਾ ਵੀ ਹੌਸਲਾ ਵਧੇ ਤੇ ਬੱਚੇ ਅੱਗੇ ਵਧਣ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਬੱਚਿਆਂ ਨੂੰ ਹਰ ਇੱਕ ਤਰੀਕੇ ਨਾਲ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਅਦਰ ਐਕਟੀਵਿਟੀਜ਼ ਵਿੱਚ ਵੀ ਪਾਰਟਿਸਪੇਟ ਕਰਾਇਆ ਜਾਵੇ ਸਾਡੇ ਸਕੂਲ ਦੇ ਬੱਚੇ ਨੇ ਜਿਹੜੇ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਸਪੋਰਟਸ ਤੇ ਬਹੁਤ ਦੂਰ ਦੂਰ ਤੱਕ ਜਾਂਦੇ ਨੇ ਮੈਂ ਚਾਹੁੰਦੀ ਹਾਂ ਕਿ ਸਾਰੇ ਪੇਰੈਂਟਸ ਸਕੂਲ ਦਾ ਪੂਰਾ ਸਹਿਯੋਗ ਕਰਨ ਵੱਧ ਚੜ੍ਹ ਕੇ ਹਿੱਸਾ ਲੈਣ ਮੈਂ ਕਹਿਣਾ ਚਾਹੁੰਦਾ ਹਾਂ ਕਿ ਅੱਜ ਸਾਡੇ ਸਕੂਲ ਦੇ ਬੱਚਿਆਂ ਨੇ ਜੋ ਪਰਫਾਰਮੈਂਸ ਕੀਤੀ ਹੈ ਨਸ਼ਿਆਂ ਦੇ ਬਰਖਲਾਫ ਜਾਂ ਹੋਰ ਵੀ ਸਮਾਜ ਦੇ ਵਿੱਚ ਜਿਹੜੀਆਂ ਕੁਰੀਤੀਆਂ ਹੈਗੀਆਂ ਨੇ ਉਹਨਾਂ ਦੇ ਖਿਲਾਫ ਉਹਨਾਂ ਨੇ ਬੜਾ ਵਧੀਆ ਸਕਿੱਟਾਂ ਰਾਹੀਂ ਗੀਤਾਂ ਰਾਹੀਂ ਜਾਂ ਹੋਰ ਕਿਸੇ ਮਾਧਿਅਮ ਰਾਹੀਂ ਬਹੁਤ ਵਧੀਆ ਉਹਨਾਂ ਦੀਆਂ ਪਰਫਾਰਮੈਂਸ ਹੈਗੀਆਂ ਸੀ ਅਸੀਂ ਸਾਰੇ ਉਹਨਾਂ ਤੋਂ ਬਹੁਤ ਖੁਸ਼ ਹਾਂ ਕੀ ਸੰਦੇਸ਼ ਦੇਣਾ ਚਾਹੋਗੇ ਮਾਪਿਆਂ ਨੂੰ ਮਾਪਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਅੱਗੇ ਤੋਂ ਮਤਲਬ ਸਾਰਾ ਉਹ ਬੱਚਿਆਂ ਨੂੰ ਪੂਰੇ ਕਿਵੇਂ ਕਹਿੰਦੇ ਨੇ ਅਲਾਮਾ ਇਕਬਾਲ ਦੀ ਗੱਲ ਹੈਗੀ ਹੈ ਖੁਦ ਹੀ ਕੋ ਕਰ ਬੁਲੰਦ ਦਿੱਤਨਾ ਖੁਦਾ ਬੰਦੇ ਸੇ ਖੁਦ ਪਿੱਛੇ ਬਤਾ ਤੇਰੀ ਰਜ਼ਾ ਕਿਆ ਹੈ ਮਤਲਬ ਹੈ ਕਿ ਬੰਦ ਉਸ ਬੱਚੇ ਦੇ ਵਿੱਚ ਇੰਨੇ ਗੁਣ ਭਰ ਦਿਓ ਤਾਂ ਕਿ ਜਿਹੜੇ ਦੂਜੇ ਹੈਗੇ ਨਾ ਉਹ ਉਹਦੇ ਤੋਂ ਪ੍ਰਭਾਵਿਤ ਹੋ ਜੇਕਰ ਕੀ ਕਹੋਗੇ ਅੱਜ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਟੈਗੋਰ ਪਬਲਿਕ ਸਕੂਲ ਦੇ ਪ੍ਰੋਗਰਾਮ ਨੂੰ ਦੇਖ ਕੇ ਅੱਜ ਬਹੁਤ ਆਨੰਦ ਆਇਆ ਔਰ ਛੋਟੇ ਛੋਟੇ ਬੱਚਿਆਂ ਨੂੰ ਟ੍ਰੇਨ ਕਰਨਾ ਬਹੁਤ ਔਖਾ ਹੈ
ਵੱਡੇ ਆਦਮੀ ਨੂੰ ਮਾਈਕ ਦੇ ਦਈਏ, ਸਟੇਜ ਦੇ ਦਈਏ ਤਾਂ ਉਹਦੀਆਂ ਲੱਤਾਂ ਕੰਮ ਲੱਗ ਪੈਂਦੀਆਂ। ਲੇਕਿਨ ਇਸ ਸਕੂਲ ਦੀ ਮਾਰਫਤ, ਉਹਨਾਂ ਦੇ ਪ੍ਰੋਗਰਾਮ ਦੀ ਮਾਰਫਤ ਬੱਚਿਆਂ ਨੂੰ ਅੱਛੀ ਅੱਛੀ ਕੋਰੀਓਗ੍ਰਾਫੀ ਦਿਖਾ ਕੇ, ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੇ ਤਰੀਕੇ ਔਰ ਫੌਜ ਦੇ 'ਚ ਭਰਤੀ ਹੋਣ ਦੇ, ਮਤਲਬ ਨਸ਼ਿਆਂ ਤੋਂ ਦੂਰ ਲਿਜਾ ਕੇ ਖੇਡਾਂ ਵਾਲੇ ਧਿਆਨ ਦੇਣਾ ਔਰ ਕਲਚਰ ਪ੍ਰੋਗਰਾਮ 'ਚ ਧਿਆਨ ਦੇਣਾ, ਇਸ ਸਕੂਲ ਦੀ ਬਹੁਤ ਅੱਛੀ ਪ੍ਰੋਫੈਸ ਹੈ। ਔਰ ਮੈਂ ਇਹਨਾਂ ਸਕੂਲ ਦੇ ਬੱਚਿਆਂ ਨੂੰ, ਪ੍ਰਿੰਸੀਪਲ ਸਾਹਿਬ ਨੂੰ, ਸਟਾਫ ਨੂੰ ਔਰ ਖਾਸ ਤੌਰ 'ਤੇ ਬੱਚਿਆਂ ਨੂੰ ਅਤੇ ਬੱਚਿਆਂ ਦੇ ਪੇਰੈਂਟਸ ਨੂੰ ਵਧਾਈ ਦਿੰਦਾ। ਬਹੁਤ ਵਧੀਆ ਪ੍ਰੋਗਰਾਮ। ਨੱਡਾ ਸਾਹਿਬ ਕੀ ਕਹੋਗੇ ਇਹਦੇ ਪ੍ਰੋਗਰਾਮ ਨੂੰ ਲੈ ਕੇ? ਟੈਗੋਰ ਅੱਜ ਟੈਗੋਰ ਮਾਡਰਨ ਪਬਲਿਕ ਸਕੂਲ ਵੱਲੋਂ ਜੋ ਫੰਕਸ਼ਨ ਕਰਵਾਇਆ ਗਿਆ, ਖਾਸ ਕਰਕੇ ਮੈਂ ਸਮਝਦਾ ਇਸ ਤਰ੍ਹਾਂ ਦੇ ਫੰਕਸ਼ਨ ਹੈ ਜਿਹੜੇ ਹਰ ਸਕੂਲ ਨੂੰ ਜਿਹੜੇ ਉਹ ਕਰਵਾਉਣੇ ਚਾਹੀਦੇ ਆ, ਕਿਉਂਕਿ ਬੱਚਿਆਂ ਦੇ ਵਿੱਚ ਜਿਹੜਾ ਛੁਪਿਆ ਟੈਲੈਂਟ ਹੈ ਉਹ ਟੈਲੈਂਟ ਬਾਹਰ ਆਉਂਦਾ ਇਹਨੇ ਫੰਕਸ਼ਨਾਂ ਦੇ ਜ਼ਰੀਏ। ਸੋ ਇਹਦੇ ਤੋਂ ਹੀ ਬੱਚੇ ਜਿਹੜੇ ਹੈ ਉਹ ਆਪਦਾ ਜਿਹੜਾ ਭਵਿੱਖ ਬਣਾਉਂਦੇ ਔਰ ਆਪਣਾ ਆਪਣੇ ਸਕੂਲ ਦਾ, ਆਪਣੇ ਏਰੀਏ ਦਾ ਔਰ ਆਪਣੇ ਮਾਪਿਆਂ ਦਾ ਜਿਹੜਾ ਨਾਂ ਰੋਸ਼ਨ ਕਰਦੇ ਆ। ਅੱਜ ਸਭ ਤੋਂ ਵੱਡੀ ਲੋੜ ਹੈ ਮੈਂ ਸਮਝਦਾ ਪਿੰਡ ਜਿਹੜਾ ਹਰ ਸਕੂਲ ਜਾ ਕੇ ਸਾਨੂੰ ਜਿਹੜਾ ਪੰਜਾਬ ਵਿੱਚ ਛੇਵਾਂ ਦਰਿਆ ਜਿਹੜਾ ਨਸ਼ਿਆਂ ਦਾ ਵਗ ਰਿਹਾ ਉਹਦੇ ਖਿਲਾਫ ਜਿਹੜਾ ਸਾਨੂੰ ਜਿਹੜੇ ਸਕੂਲ ਸਕੂਲ ਜਾ ਕੇ ਇੱਦਾਂ ਦੇ ਇਵੈਂਟਸ ਕਰਾਉਣੇ ਚਾਹੀਦੇ ਆ, ਬੱਚਿਆਂ ਨੂੰ ਜਿਹੜਾ ਅਵੇਅਰ ਕਰਨਾ ਚਾਹੀਦਾ ਵੀ ਇਹ ਨਸ਼ੇ ਜਿਹੜੇ ਹੈ ਕਿੰਨੇ ਕੁ ਜਿਹੜਾ ਇਨਸਾਨੀ ਜਿਹੜਾ ਜੀਵਨ ਦੇ ਲਈ ਘਾਤਕ ਹੈ। ਸੋ ਬੜੀਆਂ ਵਧੀਆ ਇਹਨਾਂ ਨੇ ਇੱਥੇ ਕੋਰੀਓਗ੍ਰਾਫੀਆਂ ਕਰਵਾਈਆਂ। ਸੋ ਇਹਦੇ ਲਈ ਮੈਂ ਸਾਰੇ ਜਿਹੜੇ ਸਕੂਲ ਪ੍ਰਬੰਧਨ ਨੂੰ ਜਿਹੜੀ ਵਧਾਈ ਦਿੰਦਾ। ਤਾਂ ਹੋਰ ਵੀ ਜਿਹੜੇ ਸਾਡੇ ਪਿੰਡ ਵਾਸੀ ਸਾਡੇ ਨਾਲ ਮੌਜੂਦ ਹੈ, ਇਹਨਾਂ ਨਾਲ ਗੱਲਬਾਤ ਕਰਾ ਗਿਆ ਜੀ। ਭਾਈ ਤੁਹਾਡਾ ਕੀ ਨਾਮ ਹੈ? ਜਗਦੀਪ ਸਿੰਘ। ਜਗਦੀਪ ਕੀ ਜਿਹਾ ਪ੍ਰੋਗਰਾਮ ਲੱਗਿਆ? ਬਹੁਤ ਵਧੀਆ ਲੱਗਿਆ ਜੀ ਸਰ। ਕੀ ਕੀ ਆਈਟਮਾਂ ਸੀ ਇਸ ਪ੍ਰੋਗਰਾਮ 'ਚ? ਸਰ ਆਈਟਮਾਂ ਤਾਂ ਬਹੁਤ ਜ਼ਿਆਦਾ ਆ, ਦੱਸ ਨਹੀਂ ਸਕਦੇ ਕਿੰਨੀ ਆਈਟਮ ਹੈਗੀ। ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਬੱਚਿਆਂ ਨੇ ਕੀਤਾ ਜੀ ਪਿੰਡ ਦੇ ਵਿੱਚ। ਹੋ ਰਿਹਾ ਜੀ ਪ੍ਰੋਗਰਾਮ, ਵਧੀਆ ਸਹਿਯੋਗ ਆ ਜੀ ਬੱਚਿਆਂ ਨੂੰ, ਇੰਨੇ ਤਰੀਕੇ ਨਾਲ ਤਿਆਰੀ ਕਰਾਈ ਆ ਜੀ, ਬਹੁਤ ਵਧੀਆ। ਸਟਾਫ ਦੀ ਵੀ ਬਹੁਤ ਮਿਹਨਤ ਕੀਤੀ ਹੈ ਸਟਾਫ ਨੇ, ਅੱਜ ਕੁੱਲ ਮਿਲਾ ਕੇ ਕਾਫੀ ਦਿਨ ਹੋ ਗਏ ਸਟਾਫ ਨੂੰ ਵੀ ਮਿਹਨਤ ਕਰਦਿਆਂ ਨੂੰ। ਹਾਂਜੀ, ਮਿਹਨਤ ਦਾ ਫਲ ਜ਼ਰੂਰ ਮਿਲੇਗਾ। ਬਿਲਕੁਲ ਜੀ, ਮਿਹਨਤ ਦਾ ਫਲ ਮਿਲਣਾ ਹੈ। ਔਰਾ ਦਾ ਗੱਲ ਤਾਂ ਸੁਣਨ ਆ ਰਿਹਾ। ਤੇਰਾ ਕੀ ਨਾਮ ਹੈ? ਕੁਲਵਿੰਦਰ ਸਿੰਘ ਜੀ। ਕਿਹਦਾ ਲੱਗਿਆ ਪ੍ਰੋਗਰਾਮ? ਬਹੁਤ ਵਧੀਆ ਜੀ। ਬੱਚਿਆਂ ਦੀ ਪਰਫਾਰਮੈਂਸ ਕਿਵੇਂ ਲੱਗੀ? ਜਿਵੇਂ ਕਹਿੰਦੇ ਵੀ ਪਿੰਡ ਦੇ ਬੱਚੇ ਜਿਹੜਾ ਹੈ ਕਲਚਰ ਐਕਟੀਵਿਟੀ 'ਚ ਪਿੱਛੇ ਹੁੰਦੇ ਆ, ਅੱਜ ਕਿਵੇਂ ਲੱਗਿਆ ਫਿਰ? ਬਹੁਤ ਘੈਂਟ ਲੱਗਿਆ ਜੀ, ਸੁਪਰ ਹਿੱਟ, ਪੂਰਾ ਘੈਂਟ, ਪੂਰਾ ਸੁਪਰ ਹਿੱਟ। ਹਾਂਜੀ, ਸੁਪਰ ਹਿੱਟ। ਸੁਖਵਿੰਦਰ ਸਿੰਘ ਜੀ। ਸੁਖਵਿੰਦਰ ਕੀ ਕਹੋਗੇ ਤੁਸੀਂ? ਹਾਂਜੀ, ਕੀ ਕਹੋਗੇ ਅੱਜ ਇਸ ਪ੍ਰੋਗਰਾਮ ਨੂੰ? ਅੱਜ ਇਸ ਪ੍ਰੋਗਰਾਮ ਨੂੰ ਬਹੁਤ ਹੀ ਵਧੀਆ, ਇੰਨਾ ਕੋ ਵੀ ਦਿਲੋਂ ਖੁਸ਼ ਹੋ ਗਏ, ਮਜ਼ਾ ਆ ਗਿਆ ਪ੍ਰੋਗਰਾਮ ਦੇਖਣ ਦਾ। ਬਿਲਕੁਲ ਜੀ, ਮਜ਼ਾ ਆ ਗਿਆ ਜੀ। ਸਾਰੇ ਸਾਥੀ ਸਾਡੇ ਨਾਲ ਮੌਜੂਦ ਹੈ ਤਾਂ ਭਾਈ ਸਾਹਿਬ ਦੇ ਨਾਲ ਵੀ ਗੱਲਬਾਤ ਕਰਾਂ। ਭਾਈ ਸਾਹਿਬ ਜੀ ਬਿੱਲਾ ਲਾਇਆ, ਤਾਂ ਭਾਈ ਸਾਹਿਬ ਬਿੱਲਾ ਲਾਇਆ ਤੁਸੀਂ, ਤਾਂ ਕਿਵੇਂ ਲੱਗਿਆ ਜੀ ਅੱਜ ਪ੍ਰੋਗਰਾਮ ਨੂੰ ਦੇਖ ਕੇ? ਠੀਕ ਹੈ ਜੀ, ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ, ਮੈਂ ਟੈਗੋਰ ਸਕੂਲ ਵਿੱਚ ਡੀਪੀ ਪੋਸਟ ਤੇ ਹੈਗਾ ਜੀ। ਜੀ ਜੀ, ਤੇ ਬਹੁਤ ਵਧੀਆ ਪ੍ਰਬੰਧ ਅਸੀਂ ਆਪਣੇ ਵੱਲੋਂ ਕੀਤਾ, ਬਾਕੀ ਆਡੀਅੰਸ ਨੂੰ ਪਤਾ ਵੀ ਕਿਵੇਂ ਲੱਗਿਆ ਉਹਨਾਂ ਨੂੰ। ਡੀਪੀ ਸਾਹਿਬ ਕਿਵੇਂ ਤਿਆਰੀ ਕਰਵਾਈ? ਜਿਵੇਂ ਕਹਿੰਦੇ ਵੀ ਪਿੰਡਾਂ ਦੇ ਬੱਚੇ ਜਿਹੜੇ ਪਿੱਛੇ ਹੁੰਦੇ ਆ ਕਲਚਰ ਐਕਟੀਵਿਟੀ ਤੇ, ਆਪਣੇ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ, ਸ਼ਹਿਰ ਦੇ ਬੱਚਿਆਂ ਨਾਲੋਂ ਜ਼ਿਆਦਾ ਅੱਜ ਅੱਗੇ ਨਿਕਲਦੇ ਨਜ਼ਰ ਆ ਰਹੇ ਆ, ਤਾਂ ਕੀ ਕਹੋਗੇ ਇਸ ਪਰਫਾਰਮੈਂਸ ਨੂੰ ਲੈ ਕੇ? ਇਹ ਤਾਂ ਬਈ ਤੁਹਾਨੂੰ ਸਾਰੇ ਸਟਾਫ ਦੀ ਮਿਹਨਤ ਦੇ ਸਦਕਾ, ਠੀਕ ਹੈ ਜੀ, ਤੇ ਬੱਚਿਆਂ ਦੀ ਮਿਹਨਤ ਸਦਕਾ ਵੀ ਸਾਨੂੰ ਘੱਟ ਤੋਂ ਘੱਟ ਵੀ 10 ਦਿਨ ਹੋ ਗਏ ਪ੍ਰੈਕਟਿਸ ਕਰਦੇ ਨੂੰ ਜੀ ਬੱਚਿਆਂ ਨੂੰ। ਚਲੋ ਸਟੱਡੀ ਤੋਂ ਥੋੜੇ ਜਿਹੇ ਬੱਚੇ ਪਿੱਛੇ ਹੋਏ ਆ, ਪਰ ਕੋਈ ਨਹੀਂ, ਫੰਕਸ਼ਨ ਵੀ ਜ਼ਰੂਰੀ ਆ, ਉਸ ਤੋਂ ਬਾਅਦ ਸਟੱਡੀ ਵੀ ਆਪਾਂ ਕੰਟੀਨਿਊ ਰੱਖਾਂਗੇ। ਕਲਚਰ ਐਕਟੀਵਿਟੀ ਬਹੁਤ ਜ਼ਰੂਰੀ ਹੈ, ਕਿਉਂਕਿ ਬੱਚਿਆਂ ਨੂੰ ਪਿਛੋਕੜ ਬਾਰੇ ਵੀ ਕੁਝ ਜਾਣਨਾ ਪੈਣਾ ਚਾਹੀਦਾ, ਤੇ ਕਲਚਰ ਐਕਟੀਵਿਟੀ ਵੀ ਦੁਨੀਆਦਾਰੀ 'ਚ ਕੀ ਚੱਲ ਰਿਹਾ ਜਾਂ ਕਿਵੇਂ ਆ, ਉਹ ਅਸੀਂ ਆਈਟਮਾਂ ਪੇਸ਼ ਕੀਤੀਆਂ ਜੀ। ਬਿਲਕੁਲ ਜੀ, 10 ਦਿਨ ਤੋਂ ਤਿਆਰੀ ਚੱਲ ਰਹੀ ਸੀ, 10 ਦਿਨ ਤਿਆਰੀ ਕਰਨ ਤੋਂ ਬਾਅਦ ਜਿਹੜਾ ਹੈ ਇਹ ਪ੍ਰੋਗਰਾਮ ਕੀਤਾ ਗਿਆ, ਤੇ ਜੋ ਕਿ ਬਹੁਤ ਵਧੀਆ ਪ੍ਰੋਗਰਾਮ ਸੀ, ਕਾਮਯਾਬ ਪ੍ਰੋਗਰਾਮ ਹੋਇਆ ਜਿਸ ਨੂੰ ਲੋਕਾਂ ਵੱਲੋਂ ਪਸੰਦ ਵੀ ਕੀਤਾ ਗਿਆ। ਤਾਂ ਹੋਰ ਵੀ ਆਪਾਂ ਬੱਚਿਆਂ ਦੇ ਨਾਲ ਗੱਲਬਾਤ ਕਰਾਂਗੇ, ਬੱਚਾ ਸਾਡੇ ਨਾਲ ਮੌਜੂਦ ਹੈ। ਬੇਟਾ ਕਿਹੜੀ ਕਲਾਸ ਪੜ੍ਹਦੇ ਤੁਸੀਂ? ਮੈਂ 3rd ਕਲਾਸ ਪੜ੍ਹਦਾ ਜੀ। ਇਹ ਪ੍ਰੋਗਰਾਮ ਕਿਹੜਾ ਲੱਗਿਆ ਤੁਹਾਨੂੰ? ਵਧੀਆ ਲੱਗਿਆ ਜੀ। ਅੱਛਾ, ਤੁਹਾਡੇ ਸਕੂਲ 'ਚ ਵਧੀਆ ਹੁੰਦਾ ਕਿ ਇੱਥੇ ਵਧੀਆ ਹੋਇਆ? ਦੋਨੇ ਸਕੂਲ 'ਚ ਵਧੀਆ ਹੁੰਦਾ ਜੀ। ਦੋਵਾਂ 'ਚ ਵਧੀਆ ਹੁੰਦਾ? ਵਾਹ, ਬੱਚਾ ਬਹੁਤ ਵਧੀਆ ਜੀ, ਦੋਵੇਂ ਸਕੂਲਾਂ 'ਚ ਪ੍ਰੋਗਰਾਮ ਵਧੀਆ ਹੁੰਦਾ। ਤਾਂ ਬੱਚੇ ਨੂੰ ਅੱਜ ਬੈਚ ਲਗਾਇਆ ਤੁਸੀਂ, ਇਹ ਕੀ ਚੀਜ਼ ਹੈ?
ਇਹ ਵੈਸੇ ਲਗਾਇਆ ਸੀ ਜੀ। ਅੱਛਾ, ਮਤਲਬ ਵਲੰਟੀਅਰ ਹੋ ਤੁਸੀਂ ਇੱਥੇ? ਹਾਂ ਜੀ। ਅੱਛਾ, ਤਾਂ ਬਿਲਕੁਲ ਜੀ, ਇੱਥੇ ਸੇਵਾ ਵੀ ਬੱਚਿਆਂ ਵੱਲੋਂ ਕੀਤੀ ਜਾ ਰਹੀ ਹੈ। ਤਾਂ ਹੋਰ ਵੀ ਆਪਾਂ ਜਿਹੜੇ ਇੱਥੇ ਨੌਜਵਾਨ ਆਏ ਹੋਏ ਆ ਜਾਂ ਬੱਚੇ ਜਿਹੜੇ ਪਰਫਾਰਮੈਂਸ ਕਰ ਰਹੇ ਆ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਉਹਨਾਂ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰ ਪ੍ਰੋਗਰਾਮ ਨੂੰ ਕਿਸ ਤਰ੍ਹਾਂ ਦੇ ਨਾਲ ਤਿਆਰ ਕੀਤਾ ਗਿਆ। ਤਾਂ ਦੋ ਬੱਚੇ ਮੇਰੇ ਨਾਲ ਇੱਥੇ ਮੌਜੂਦ ਹੈ, ਇਹਨਾਂ ਤੋਂ ਨਾਮ ਪੁੱਛਾਂਗੇ। ਪਹਿਲਾਂ ਬੇਟਾ, ਤੁਹਾਡਾ ਨਾਮ ਕੀ ਹੈ? ਇਸ਼ਮਤ ਕੰਬੋਜ। ਬੇਟਾ, ਕੀ ਕਹੋਗੇ, ਕਿਵੇਂ ਤਿਆਰੀ ਕੀਤੀ ਸਾਰੇ ਪ੍ਰੋਗਰਾਮ ਦੀ, ਔਰ ਕਿਵੇਂ ਲੱਗ ਰਿਹਾ ਸਕੂਲ 'ਚ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ? ਸਰ, ਬਹੁਤ ਅੱਛਾ ਲੱਗ ਰਿਹਾ ਹੈ। ਬਹੁਤ ਦਿਨੋਂ ਸੇ ਪ੍ਰੈਕਟਿਸ ਚੱਲ ਰਹੀ ਹੈ ਹਮਾਰੀ, ਸਟੱਡੀ ਵੀ ਸਾਥ ਮੇਂ ਚੱਲ ਰਹੀ ਹੈ ਜੀ, ਸੀਕੁਐਂਸ ਵਾਈਜ਼। ਅੱਛਾ, ਸਟੱਡੀ ਕਾ ਵੀ ਲਾਸ ਨਹੀਂ ਹੁਆ ਔਰ ਹਮਾਰੀ ਪ੍ਰੈਕਟਿਸ ਵੀ ਅੱਛੇ ਸੇ। ਤੋ ਕਿਆ ਆਈਟਮ ਆਪ ਕਰ ਰਹੇ ਹੋ ਆਜ? ਆਜ ਹਮਾਰੀ ਬਹੁਤ ਸੀ ਆਈਟਮਸ ਹੈ, ਗਿੱਧਾ ਹੈ, ਭੰਗੜਾ ਹੈ, ਆਰਮੀ ਵਾਲੀ ਹੈ ਔਰ ਭਗਤ ਸਿੰਘ ਵਾਲੀ ਹੈ। ਅੱਛਾ, ਤੋ ਇਹ ਜੋ ਆਪਨੇ ਡਰੈਸ ਪਹਿਨੀ ਹੋਈ ਹੈ ਫੌਜੀਓ ਵਾਲੀ, ਤੋ ਕੈਸੇ ਆਪਨੇ ਦਿਮਾਗ ਮੇਂ ਆਇਆ ਵੀ ਇਹ ਆਈਟਮ ਕਰਨੀ ਹੈ, ਔਰ ਕੈਸੇ ਉਸਕੋ ਤਿਆਰ ਕੀਆ ਆਪਨੇ? ਸਰ, ਹਮਨੇ ਮਤਲਬ ਕਿ ਥੋੜਾ ਸਾ ਹੋਤਾ ਹੈ ਨਾ ਕਿ ਪਹਿਲੇ ਹਮੇ ਪ੍ਰਿਪਰੇਸ਼ਨ ਹੋ ਜਾਤੀ ਹੈ। ਅਗਰ ਹਮ ਕੱਲ ਆਰਮੀ ਮੇਂ ਜਾਏ ਤੋ ਹਮੇ ਥੋੜੀ ਬਹੁਤੀ ਨੌਲੇਜ ਮਿਲਤੀ ਹੈ ਉਸ ਚੀਜ਼ ਕੀ, ਕਿ ਹਮ ਕਿਆ ਕਰ ਰਹੇ ਹੈ, ਮਤਲਬ ਥੋੜਾ ਸਾ ਉਸਕਾ ਪਹਿਲੇ ਹੀ ਪਤਾ ਲੱਗ ਜਾਤਾ ਹੈ ਔਰ ਹਮੇ ਥੋੜੀ ਸੀ ਮੋਟੀਵੇਸ਼ਨ ਮਿਲਤੀ ਹੈ ਇਸਸੇ ਜੀ। ਹਾਂਜੀ, ਬਿਲਕੁਲ, ਬੱਚਿਆਂ ਦਾ ਕਹਿਣਾ ਕਿ ਇਹਦੇ ਨਾਲ ਥੋੜੀ ਜਾਗਰੂਕਤਾ ਆਉਂਦੀ ਹੈ, ਮੋਟੀਵੇਸ਼ਨ ਮਿਲਦੀ ਹੈ, ਉਹਨਾਂ ਨੂੰ ਪਤਾ ਲੱਗਦਾ ਕਿ ਫੌਜ ਦੇ ਵਿੱਚ ਕਿਸ ਤਰ੍ਹਾਂ ਜਾਣਾ, ਥੋੜਾ ਬਹੁਤ ਇਹਨਾਂ ਨੂੰ ਜਾਣਕਾਰੀ ਜਿਹੜੀ ਹੈ ਇਸ ਪ੍ਰੋਗਰਾਮ ਦੇ ਨਾਲ ਮਿਲੀ ਹੈ। ਤਾਂ ਬੇਟਾ, ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਨੀਲਮ ਹੈ। ਨੀਲਮ, ਕੀ ਕਹੋਗੇ, ਕਿਸ ਤਰ੍ਹਾਂ ਦਾ ਪ੍ਰੋਗਰਾਮ ਲੱਗਿਆ? ਸਰ, ਮੈਨੂੰ ਤਾਂ ਬਹੁਤ ਵਧੀਆ ਲੱਗਿਆ, ਬਲਕਿ ਸਾਡੇ ਟੀਚਰਸ ਨੇ ਵੀ ਬਹੁਤ ਵਧੀਆ ਪ੍ਰੈਕਟਿਸ ਕਰਵਾਈ। ਜਿਵੇਂ ਕਿ ਮੇਰੀ ਫਰੈਂਡ ਨੇ ਦੱਸਿਆ ਕਿ ਸਾਡਾ ਸਟੱਡੀ ਦਾ ਵੀ ਕੋਈ ਲਾਸ ਨਹੀਂ ਹੋਇਆ ਤੇ ਅਸੀਂ ਪ੍ਰੈਕਟਿਸ ਵੀ ਬਹੁਤ ਵਧੀਆ ਕੀਤੀ। ਇੱਥੇ ਸਾਡੀ ਇਕੱਲਿਆਂ ਦੀ ਪ੍ਰੈਕਟਿਸ ਨਹੀਂ, ਸਾਡੇ ਟੀਚਰ, ਸਾਡੇ ਸਕੂਲ, ਸਾਡਾ ਸਟਾਫ, ਪੂਰਾ ਸਾਰਿਆਂ ਦਾ ਸਾਥ ਹੈ ਕਿ ਅਸੀਂ ਇਹ ਪ੍ਰੋਗਰਾਮ ਨੂੰ ਬਹੁਤ ਵਧੀਆ ਕਰ ਰਹੇ ਹਾਂ ਜੀ। ਤਾਂ ਬਿਲਕੁਲ ਜੀ, ਸਾਰਿਆਂ ਦਾ ਸਾਥ ਮਿਲਿਆ, ਤਾਂ ਪ੍ਰੋਗਰਾਮ ਜਿਹੜਾ ਹੈ ਉਹ ਬਹੁਤ ਵਧੀਆ ਹੋਇਆ, ਤਿਆਰੀ ਬਹੁਤ ਵਧੀਆ ਹੋਈ ਹੈ ਤੇ ਪਰਫਾਰਮੈਂਸ ਵੀ ਜਿਹੜੀ ਹੈ ਉਹ ਬਹੁਤ ਵਧੀਆ ਹੋ ਰਹੀ ਹੈ। ਤਾਂ ਹੋਰ ਬੱਚੇ ਸਾਡੇ ਨਾਲ ਮੌਜੂਦ ਹੈ, ਤਾਂ ਆ ਸਰਦਾਰ ਜੀ ਨਾਲ ਗੱਲ ਕਰਾਂਗੇ। ਸਰਦਾਰ ਜੀ, ਇੱਧਰ ਆਓ। ਸਰਦਾਰ ਜੀ, ਕੀ ਨਾਮ ਤੁਹਾਡਾ? ਸਾਹਿਲਪ੍ਰੀਤ। ਸਾਹਿਲ, ਕਿਹੜੀ ਕਲਾਸ 'ਚ ਪੜ੍ਹਦੇ ਹੋ ਬੇਟਾ? ਥਰਡ ਕਲਾਸ। ਥਰਡ ਕਲਾਸ 'ਚ? ਕਿਵੇਂ ਲੱਗਿਆ ਪ੍ਰੋਗਰਾਮ? ਸਰ ਜੀ, ਬਹੁਤ ਵਧੀਆ ਲੱਗਿਆ। ਕੀ ਪਰਫਾਰਮੈਂਸ ਕੀ ਕਰ ਰਹੇ ਹੋ ਤੁਸੀਂ ਅੱਜ? ਸਰ ਜੀ, ਅਸੀਂ ਕਰ ਰਹੇ ਹਾਂ, ਡਾਂਸ ਕਰ ਰਹੇ ਹਾਂ। ਡਾਂਸ ਕਰ ਰਹੇ ਹੋ, ਕਿਹੜੇ ਗਾਣੇ ਤੇ ਕਰੋਗੇ? ਅਸੀਂ ਡੈਮੀ ਸੌਂਗ, ਮੰਮਾ ਪਾਪਾ ਕਰ ਰਹੇ ਹਾਂ। ਮੰਮਾ ਪਾਪਾ ਕਰੋ। ਕਿਵੇਂ ਲੱਗਿਆ, ਕਿਵੇਂ ਤਿਆਰੀ ਕੀਤੀ, ਕਿੰਨੇ ਦਿਨ ਲੱਗੇ ਤਿਆਰੀ ਕਰਨ ਤੇ? ਸਾਨੂੰ 10 ਦਿਨ ਲੱਗ ਗਏ। 10 ਦਿਨ ਲੱਗ ਗਏ? ਹਾਂਜੀ। ਫਿਰ ਹੋ ਗਈ ਤਿਆਰੀ? ਹਾਂਜੀ। ਹੋ ਗਈ ਪਰਫਾਰਮੈਂਸ ਤੁਹਾਡੀ? ਹਾਂਜੀ, ਬਹੁਤ ਵਧੀਆ। ਕਿਵੇਂ, ਕਿੰਨੀ ਪਸੰਦ ਆਈ ਲੋਕਾਂ ਨੂੰ? ਬਹੁਤ ਪਸੰਦ ਆਈ। ਬਹੁਤ ਵਧੀਆ। ਤੇ ਹੁਣ ਤੁਹਾਡੇ ਕਿੰਨੇ ਸਾਥੀ ਸੀ ਤੁਹਾਡੇ ਨਾਲ? ਸਾਡੇ ਨਾਲ ਸਾਰੇ ਹੀ ਆ। ਸਾਰੇ ਹੀ ਆ? ਹਾਂਜੀ, 20 ਬੱਚੇ ਆ ਪੂਰੇ। 20 ਬੱਚੇ? ਹਾਂਜੀ। 20 ਨੇ 20 ਨੇ ਫਿਰ ਤਿਆਰੀ ਕੀਤੀ? ਕਿੰਨੇ ਤਿਆਰੀ ਕਿੰਨੇ ਕਰਵਾਏ ਤੁਹਾਨੂੰ? ਸਾਨੂੰ ਸਾਡੇ ਇੰਚਾਰਜ ਨੇ ਕਰਾਈ, ਸ਼ੀਤਲ ਗੌਰ ਵਰਮਾ। ਕੀ ਨਾਮ ਇੰਚਾਰਜ ਦਾ? ਸ਼ੀਤਲ ਗੌਰ ਵਰਮਾ। ਸ਼ੀਤਲ ਨੇ? ਯੈਸ ਸਰ। ਸ਼ੀਤਲ ਮੈਮ, ਸ਼ੀਤਲ ਮੈਮ ਤੁਸੀਂ ਹੋ? ਤਾਂ ਮੈਮ ਬਹੁਤ ਵਧੀਆ ਤਿਆਰੀ ਕੀਤੀ, ਬੱਚਿਆਂ ਦੀ ਪਰਫਾਰਮੈਂਸ ਬਹੁਤ ਵਧੀਆ ਹੋਈ, ਤਾਂ ਮੈਮ ਕੀ ਕਹੋਗੇ, ਕਿਵੇਂ ਤਿਆਰੀ ਕੀਤੀ ਔਰ ਆਈਟਮ ਕਿਵੇਂ ਸੋਚੀ ਵੀ ਇਹ ਬੱਚਿਆਂ ਨੂੰ ਆਈਟਮ ਕਰਵਾਣੀ ਹੈ? ਸਰ, ਇਹ ਮਾਤਾ ਪਿਤਾ ਜੋ ਹੈ, ਪੇਰੈਂਟਸ ਹਮਾਰੇ, ਵੋ ਸਭ ਕੁਛ ਹਮਾਰੇ ਲਈ ਕਰਤੇ ਹੈ। ਤੋ ਹਮ ਕੁਛ ਐਸਾ ਕਰਨਾ ਚਾਹਤੇ ਥੇ ਕਿ ਪੇਰੈਂਟਸ ਕੋ ਪਤਾ ਚਲੇ ਕਿ ਹਮਾਰੇ ਬੱਚੇ ਹਮਾਰੇ ਬਾਰੇ ਮੇਂ ਕਿਆ ਫੀਲ ਕਰਤੇ ਹੈ, ਕਿਉਂਕਿ ਜੋ ਪੇਰੈਂਟਸ ਕਰ ਸਕਤੇ ਹੈ ਵੋ ਕੋਈ ਵੀ ਨਹੀਂ ਕਰ ਸਕਤਾ। ਤੋ ਆਜ ਬੱਚੋਂ ਨੇ ਇਸੀ ਥੀਮ ਪਰ ਆਧਾਰਿਤ ਆਪਣਾ ਥੀਮ ਸੌਂਗ ਪੇਸ਼ ਕੀਆ ਔਰ ਪੇਰੈਂਟਸ ਥੀਮ ਥੀ ਔਰ ਸਭੀ ਕੋ ਬਹੁਤ ਪਸੰਦ ਆਈ। ਜੀ, ਤਾਂ ਬਿਲਕੁਲ ਜੀ, ਸਾਰਿਆਂ ਨੂੰ ਬਹੁਤ ਪਸੰਦ ਆਈ ਆਈਟਮ। ਮਾਤਾ ਪਿਤਾ ਦੇ ਥੀਮ ਤੇ ਜਿਹੜਾ ਇਹਨਾਂ ਬੱਚਿਆਂ ਵੱਲੋਂ ਡਾਂਸ ਕੀਤਾ ਗਿਆ, ਤਾਂ ਇਹਨਾਂ ਲਈ ਕਲੈਪਿੰਗ ਜ਼ਰੂਰ ਹੈ। ਬੱਚੇ ਇੱਕ ਵਾਰੀ ਕਲੈਪਿੰਗ ਜ਼ਰੂਰ ਕਰੋ ਆਪਣੇ ਟੀਚਰ ਦੇ ਲਈ ਕਰੋ। ਤਾਂ ਬਿਲਕੁਲ ਜੀ, ਟੀਚਰ ਦੇ ਲਈ ਬੱਚਿਆਂ ਵੱਲੋਂ ਜਿਹੜਾ ਕਲੈਪਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ, ਤਾਂ ਬੜੀ ਵਧੀਆ ਪਰਫਾਰਮੈਂਸ ਇਹਨਾਂ ਦੀ ਸੀ। ਤਾਂ ਹੋਰ ਵੀ ਬੱਚਿਆਂ ਦੇ ਨਾਲ ਮਿਲਾਂਗੇ ਤੇ ਗੱਲਬਾਤ ਕਰਾਂਗੇ। ਦਾ ਟੈਗੋਰ ਮਾਡਰਨ ਪਬਲਿਕ ਸਕੂਲ ਦੇ ਕਵਾਲੀ ਵਾਲੇ ਬੱਚਿਆਂ ਨਾਲ ਅਸੀਂ ਤੁਹਾਨੂੰ ਹੁਣ ਮਿਲਵਾਉਣ ਜਾ ਰਹੇ ਹਾਂ। ਪਹਿਲਾਂ ਸਾਰੇ ਬੱਚਿਆਂ ਦੀਆਂ ਤਸਵੀਰਾਂ ਦਿਖਾਓ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਬੱਚੇ ਸੈਟਅਪ ਹੋਏ ਨੇ, ਰੈਡੀ ਹੋਏ ਨੇ, ਇਹਨਾਂ ਦੀ ਟੀਚਰ ਵੀ ਇਸ ਵੇਲੇ ਮੌਜੂਦ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਬੱਚੇ ਪੂਰੇ ਡਰੈਸ ਦੇ ਵਿੱਚ ਅਪਡੇਟ ਹੋਏ ਨੇ। ਤਾਂ ਹੁਣ ਗੱਲਬਾਤ ਕਰਾਂਗੇ ਇਹਨਾਂ ਦੀ ਟੀਚਰ ਦੇ ਨਾਲ, ਤੇ ਪਹਿਲਾਂ ਜਾਣਾਂਗੇ
इस प्रोग्राम बारे मैम की कहोगे इस प्रोग्राम को लेके? आज हमारे स्कूल में एनुअल फंक्शन मनाया जा रहा है जो कि आप लोग देख ही रहे हो, बहुत उत्साह से मनाया जा रहा है। छोटे छोटे बच्चे बहुत सुंदर लग रहे हैं और उनमें इतने एक्साइटमेंट है ना, बहुत दिनों से तैयारी हो रही है बच्चों को जो आप देख रहे हो। ये आज बच्चे कवाली कर रहे हैं जिसमें हम पीटीएम का सीन क्रिएट किया हुआ, टीचर पेरेंट्स और स्टूडेंट्स जो कि आपस में एक दूसरे की कंप्लेंट्स कर रहे हैं। ओके, हाँ जी, पेरेंट्स कह रहे हैं हम बच्चों से परेशान है और बच्चे कह रहे हैं हम पेरेंट्स से परेशान है। तो एक टीचर ही है जो उनको, वो कह रहा है हम आपके साथ है, आप लोग परेशान मत हो, जब हम सब साथ में होंगे तो हम इनको हैंडल करेंगे। बिल्कुल जी, एक नवे तरीके की परफॉर्मेंस आज की जानी है। बच्चे कहते हैं असि पेरेंट्स तो परेशान हाँ, तो पेरेंट्स कहते हैं बच्चों तो परेशान, टीचर जोड़ा है वो विचाले फसया हुआ है, तो टीचर के हाथ ही सारा कुछ है जी। तो देखा कि परफॉर्मेंस इन्हों की किस तरह की परफॉर्मेंस रही है, तो वो चलते पंडाल के अंदर तो जानते हैं कि फंक्शन उत्ते किवें चल रहा है।
ਮੇਰਾ ਨੌ ਡਾਂਡੀ ਕਾਂ ਬੀਜਣਾ, ਮੇਰਾ ਨੌ ਡਾਂਡੀ ਕਾਂ ਬੀਜਣਾ, ਮੇਰੇ ਰਾਜਾ ਚਿਨ ਬੋਲ
लाइफ फोर आउट ऑफ कंट्रोल ऑटो को करके गोल ऑटो को करके गोल सीटी बजाके बोल मुर्गी का जोड़े अंडे का क्या होगा हर लाइफ मिलेगी या तबे पे फ्राई होगा कोई ना जाने अपना फ्यूचर क्या होगा सीढ़ी बजा सीढ़ी बजा के बोल ਗੱਲਬਾਤ ਕਰਾਂਗੇ ਸਾਡੇ ਨਾਲ ਮਨੋਜ ਨਾਰੰਗ ਜੀ ਜੁੜੇ ਆ ਜੀ ਮਨੋਜ ਜੀ ਕੀ ਕਹੋਗੇ ਇਸ ਪ੍ਰੋਗਰਾਮ ਨੂੰ ਲੈ ਕੇ ਟੈਗੋਰ ਮਾਡਰਨ ਪਬਲਿਕ ਸਕੂਲ ਦਾ ਪਕੜੇ ਆ ਸਰ ਜੋ ਫੰਕਸ਼ਨ ਅੱਜ ਕੀਤਾ ਜਾ ਰਿਹਾ ਜੋ ਮੈਨੇਜਮੈਂਟ ਦੁਆਰਾ ਜੋ ਇਹ ਇਵੈਂਟ ਨੂੰ ਕੀਤਾ ਗਿਆ ਐਨੂਅਲ ਫੰਕਸ਼ਨ ਦੇ ਰੂਪ ਵਿੱਚ ਟੈਗੋਰ ਸਕੂਲ ਵੱਲੋਂ ਇਹ ਕਵਿਤਾ ਮੈਡਮ ਦਾ ਪ੍ਰਿੰਸੀਪਲ ਦਾ ਔਰ ਸਾਰੀ ਮੈਨੇਜਮੈਂਟ ਦਾ ਇੱਕ ਸ਼ਲਾਘਾਯੋਗ ਕਦਮ ਹੈ ਕਿਉਂਕਿ ਬੱਚਿਆਂ ਨੂੰ ਪਰਫੋਰਮ ਦੇ ਪਾਉਣਾ ਬੱਚਿਆਂ ਨੂੰ ਸਟੇਜ ਦੇ ਪਾਉਣਾ ਬਹੁਤ ਵੱਡੀ ਅਚੀਵਮੈਂਟ ਆ ਆਪਣੇ ਇਸ ਬੋਰਡਰ ਏਰੀਆ ਦੀ ਆਪਣੇ ਡੀਐਸਪੀ ਸਾਹਿਬ ਵੀ ਅੱਜ ਸਪੀਚ ਦੱਸ ਕੇ ਗਏ ਕਿ ਜੋ ਆਪਾਂ ਨੂੰ ਕੁਛ ਐਡਵਾਂਟੇਜ ਨੇ ਵੀ ਆਪਾਂ ਕੋਲ ਪੜ੍ਹੇ ਲਿਖੇ ਸੱਜਣ ਇਸ ਇਲਾਕੇ ਤੇ ਕੁਛ ਡਿਸਐਡਵਾਂਟੇਜ ਨੇ ਕਿ ਇਹ ਏਰੀਆ ਆਪਣਾ ਬੋਰਡਰ ਬੈਲਟ ਹੈ ਇੱਥੇ ਬੱਚਿਆਂ ਨੂੰ ਉਹ ਮੌਕੇ ਨਹੀਂ ਮਿਲ ਪਾਉਂਦੇ ਜੋ ਉਹਨਾਂ ਨੂੰ ਚਾਹੀਦੇ ਨੇ ਬੋਰਡ ਕਰਨਾ ਤੇ ਜੇ ਤਾਂ ਸ਼ੁਭਮਨ ਗਿੱਲ ਬਣਾਉਣੇ ਆ ਜੇ ਆਪਾਂ ਇੱਥੋਂ ਮੰਦਰਾ ਬੇਦੀ ਪੈਦਾ ਕਰਨੀ ਹੈ ਕਿ ਆਪਾਂ ਇੱਥੇ ਗੁਰਨਾਮ ਪੁੱਟਰ ਪੈਦਾ ਕਰਨੇ ਆ ਤਾਂ ਇੱਕ ਬੇਸਿਕ ਸਟੇਜ ਬੱਚਿਆਂ ਨੂੰ ਦੇਣੀ ਪਏਗੀ ਬਿਲਕੁਲ ਜੀ ਜਿਵੇਂ ਮਨੋਜ ਜੀ ਨੇ ਕਿਹਾ ਜੇਕਰ ਆਪਾਂ ਆਪਣੇ ਸ਼ਹਿਰ ਦੇ ਵਿੱਚ ਗੁਰਨਾਮ ਪੁੱਲਰ ਵਰਗੇ ਕਲਾਕਾਰ ਪੈਦਾ ਕਰਨੇ ਆ ਜਾਂ ਫਿਰ ਮੰਦਰਾ ਬੇਦੀ ਵਰਗੇ ਕਲਾਕਾਰ ਪੈਦਾ ਕਰਨੇ ਆ ਤਾਂ ਆਪਾਂ ਨੂੰ ਸਕੂਲ ਦੇ ਅੰਦਰ ਹੀ ਬੱਚਿਆਂ ਨੂੰ ਜਿਹੜਾ ਸਟੇਜ ਦੇਣੀ ਪਏਗੀ ਤਾਂ ਉਹ ਸਟੇਜ ਜਿਹੜੀ ਹੈ ਉਹ ਅੱਜ ਟੈਗੋਰ ਮਾਡਰਨ ਪਬਲਿਕ ਸਕੂਲ ਵਾਲੇ ਜਿਹੜਾ ਦੇ ਰਹੇ ਨੇ ਤਾਂ ਇਸੇ ਤਰ੍ਹਾਂ ਨਵੀਆਂ ਨਵੀਆਂ ਅਪਡੇਟ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਰਹਾਂਗੇ ਆਰਬੀ ਲਾਈਵ ਮੀਡੀਆ ਤੁਹਾਡਾ ਆਪਣਾ ਚੈਨਲ।